हाँ जी, गुरु स्टडी पॉइंट ते आप जी का स्वागत किया जाता जी। सो दोस्तों, लैके आए हैं नवी अपडेट पी एस टैट के संबंध में, जो कि 24 दसंबर नूं पेपर होया सी पी एस टैट का। सो उहदे बारे पब्लिक नोट्स आया जी। पी एस टैट का रिजल्ट अनाउंस हो रहा है। सो यह नोटिफिकेशन हैगा, देखो पब्लिक नोट्स आया, इहनूं पढ़ सकते हो। पी एस टैट की प्रीख्या जो मिति 24 दसंबर 2021 नूं पंजाब स्कूल सिक्ख्या बोर्ड राहीं कंडक्ट करवाई गई सी, दा नतीजा पंजाब स्कूल सिक्ख्या बोर्ड वालों मिति 3/4 नूं, मतलब 3/4/2022 नूं घोषित किया जा रहा है। सो अज 2 तरीक हो चुकी है, 3 तरीक ऐतवार की बनती है, संडे की। सो 3 तरीक नूं कल नूं यह रिजल्ट आ रहा है पी एस टैट का। सो सारे जिहड़े पी एस टैट का पेपर दिता सी, जिहड़े विद्यार्थियों ने, जिहड़े बच्चों ने, सो चाहे वह पी एस टैट 1 सी चाहे पी एस टैट 2 सीगा, सो उहदा रिजल्ट उड़ीक रहे सी पिछले काफ़ी लंबे समय तो, 3 महीने हो गए लगभग। तो सो इहदा रिजल्ट अनाउंस हो जूगा हुण। जिहड़े दोस्त इहदे विच दोस्त मित्र पास होणगे, उहनां दे संबंधी पोस्ट आईआं होईआं ने मास्टर केडर दीआं, ऑलरेडी आ चुकीआं ने, नोटिफिकेशन होया होया। 24 अप्रैल 20 अप्रैल तक तुसीं उह पेपर दे विच अप्लाई कर सकदे हो। तो इहदीआं 6,94 पोस्टां ETT दीआं, उहनां दा वी इश्तिहार रहिंदा आउण वाला, अनाउंसमेंट होई होई है। सो दुबारे आपां तुहानूं फिर दस दईए वी जिहड़े पास होणगे कैंडीडेट पी एस टैट 24 दसंबर नूं जिहड़ा होया सी उहदे विच्चों, उहनां दोनां चाहे उह ETT वाले होण चाहे BEd वाले होण, दोनां लई नाल दी नाल मौके ते ही पोस्टां दा प्रबंध होएगा सरकार वल्लों। 4,000 ਦੇ ਲਗਭਗ ਪੋਸਟਾਂ ਮਾਸਟਰ ਕੇਡਰ ਦੀਆਂ ਆਈਆਂ ਹੋਈਆਂ ਨੇਗੀਆਂ, ਜਿਹਦੇ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਪੋਸਟਾਂ ਹੈਗੀਆਂ ਨੇ। SST ਵਿਸ਼ੇ ਦੀਆਂ ਪੋਸਟਾਂ ਦੀ ਤਿਆਰੀ ਆਪਾਂ ਆਲਰੇਡੀ ਆਪਣੇ ਇਸ ਚੈਨਲ ਗੁਰੂ ਸਟੱਡੀ ਪੁਆਇੰਟ ਤੇ ਕਰਵਾ ਰਹੇ ਹਾਂ, ਤੇ ਉਹਦੇ ਨੋਟਸ ਵੀ ਦੇ ਰਹੇ ਹਾਂ ਵਧੀਆ ਟਾਈਪ ਕੀਤੇ ਹੋਏ। ਜਿਹੜੇ ਦੋ ਨੋਟਸ ਲੈਣਾ ਚਾਹੁੰਦੇ ਨੇ ਉਹ ਵੀ ਸੰਪਰਕ ਕਰ ਸਕਦੇ ਨੇ, ਜਿਹੜੇ ਪਾਸ ਹੋਣਗੇ ਤਿਆਰੀ ਕਰ ਸਕਦੇ। ਆਪਾਂ ਡੇਲੀ ਵੀਡੀਓ ਲੈਕਚਰ ਅਪਡੇਟ ਕਰਦੇ ਹਾਂ। ਜਿਹੜੇ ETT ਵਾਲੇ ਨੇ ਉਹਨਾਂ ਦੀਆਂ 6,94 ਪੋਸਟਾਂ ਦਾ ਅਨਾਉਂਸਮੈਂਟ ਹੋਈ ਹੋਈ ਆ, ਬਕਾਇਦਾ ਇਸ਼ਤਿਹਾਰ ਰਹਿੰਦਾ ਆਉਣ ਵਾਲਾ, ਉਹ ਵੀ ਆ ਜਾਣਾ ਜਲਦੀ। ਉਹ ਇਸ ਕਰਕੇ ਰਹਿੰਦਾ ਹੈਗਾ ਵੀ ਜਿਹੜੀਆਂ ETT ਦੀਆਂ ਪਹਿਲਾਂ ਭਰਤੀਆਂ ਹੋ ਦਾ ਇਸ਼ਤਿਹਾਰ ਆਇਆ ਸੀ ਜਾਂ ਜਿਨ੍ਹਾਂ ਦਾ ਪੇਪਰ ਹੋ ਚੁੱਕਿਆ, ਉਹ ਕੋਰਟ ਦੇ ਵਿੱਚ ਲਮਕੀਆਂ ਪਈਆਂ ਨੇ, ਸਟੇ ਹੋਈ ਹੋਈ ਹੈ ਕੋਰਟ ਦੇ ਵਿੱਚ। ਸੋ ਵਿਭਾਗ ਚਾਹੁੰਦਾ ਵੀ ਉਹਨਾਂ ਦਾ ਕੋਰਟ ਦੇ ਵਿੱਚੋਂ ਇੱਕ ਵਾਰੀ ਫੈਸਲਾ ਹੋ ਜੇ ਤਾਂ ਉਸ ਦੇ ਅਕੋਰਡਿੰਗ ਅਸੀਂ ਇਸ਼ਤਿਹਾਰ ਜਾਰੀ ਕਰੀਏ। ਸੋ ਇਹ ਦੋਨੇ ਗੱਲਾਂ ਤੁਹਾਡੇ ਧਿਆਨ 'ਚ ਦਵਾ ਦਿੱਤੀਆਂ ਨੇ ਆਪਾਂ। ਸੋ ਦੋਸਤੋ, ਪੀ ਐੱਸ ਟੈਟ ਦਾ ਰਿਜ਼ਲਟ ਕੱਲ੍ਹ ਨੂੰ ਆ ਜਾਣਾ, ਚੈੱਕ ਕਰ ਲੈਣਾ। ਜਿਹੜਾ ਪਾਸ ਹੋਣਗੇ ਅੱਗ ਲਈ ਆਪਣੀ ਤਿਆਰੀ ਸ਼ੁਰੂ ਕਰ ਦਿਓ, ਆਪਣੇ ਚੈਨਲ ਗੁਰੂ ਸਟੱਡੀ ਪੁਆਇੰਟ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਆਪਾਂ ਸਾਰੇ ਵਿਸ਼ਿਆਂ ਦੀ ਤਿਆਰੀ ਕਰਵਾਉਣੀ ਆ, ETT ਦੀ ਵੀ ਤਿਆਰੀ ਆਪਣੇ ਚੈਨਲ 'ਤੇ ਕਰਵਾਉਣੇ ਆ। ਸੋ ਮਾਸਟਰ ਕੇਡਰ ਦੀਆਂ ਪੋਸਟਾਂ ਦੇ ਨਾਲ ਸੰਬੰਧਿਤ ਵੀ ਤਿਆਰੀ ਕਰਵਾਉਣੇ ਆ। ਸੋ SST ਦੀ ਤਿਆਰੀ ਆਲਰੇਡੀ ਚੱਲ ਰਹੀ ਆ। ਸੋ ਸਾਰੀ ਗੱਲ ਤੁਸੀਂ ਸਮਝ ਗਏ ਹੋਵੋਗੇ। ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ, ਮਿਲਦੇ ਹਾਂ ਅਗਲੇ ਵੀਡੀਓ ਲੈਕਚਰ ਦੇ ਵਿੱਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਜਿਹੜਾ ਪਬਲਿਕ ਨੋਟਸ ਹੈ ਕੋਈ ਫੇਕ ਨਹੀਂ ਹੈਗਾ, ਤੁਸੀਂ ਵਿਭਾਗ ਦੀ ਸਾਈਟ 'ਤੇ ਜਾ ਕੇ ਉੱਥੋਂ ਡਾਊਨਲੋਡ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ।